सुखजिंदर लोपो दे विवाद बारे सारे जानते हैं। सुखजिंदर लोपो ने झोली अड के उन्हां बंदियां तो माफ़ी मंगी जिन्हां ने हंकार दे विच उसनू बुलाया, इकट्ठ किया, इकट्ठ करके उस तो माफ़ी मंगाई, उसनू शर्मिंदा किया गया। एक छोटी जी गल करके ओह गल्लां जो सच्चियां सन, सच्चियां गल्लां करके उसनू बुलाया जो उन्होंने कौड़ियां लगियां। बड़ा इकट्ठ होया, माफ़ी मंगाई, पर बड़ा कौन होया? सुखजिंदर लोपो। तो अज पूरा पंजाब, बाहरली कंट्रियां तक दे पंजाबी सुखजिंदर लोपो दे नाल ने, ते उन्होंने लहनता पा रहे हैं जो माफ़ी मंगा के गए हैं। तो हुण सुखजिंदर लोपो दे नाल निहंग सिंह भी हिक ठोक के खड़ गए ने। तुहानू असी वीडियो दिखाण जा रहे हैं निहंग सिंघां दी, जिस दे विच निहंग सिंघ बोल रहे ने कि असी सुखजिंदर लोपो दे नाल परिवार नू भी मिल के आए हाँ। इन्ना ठंडा परिवार, इन्ना वधिया परिवार, पर परिवार नाल की गलबात हुई निहंग सिंघां दी, तुसी भी सुन लवो आप दस्या निहंग सिंघां ने। ਬੜੇ ਦਿਨਾਂ ਤੋਂ ਇੱਕ ਭੱਖ ਦਾ ਮਸਲਾ ਚੱਲਿਆ ਆ ਰਿਹਾ ਸੁਖਜਿੰਦਰ ਸਿੰਘ ਲੋਪੋ ਵਾਲੇ ਦਾ, ਕਿਉਂਕਿ ਸਰਦਾਰ ਪੇਜ ਵਾਲਾ ਜਿਹੜਾ ਮੁੰਡਾ ਹੈਗਾ ਘੋੜਿਆਂ ਦੀ ਜਿਹੜੀ ਵੀਡੀਓ ਪਾਉਂਦਾ ਪ੍ਰਮੋਸ਼ਨ ਕਰਦਾ ਉਹਦੀ, ਅਤੇ ਉਹ ਤੋਂ ਕੁਛ ਸ਼ਬਦਾਂ ਦੀ ਹੇਰ ਫੇਰ ਹੋਈ ਜਾਂ ਜਾਣ ਬੁੱਝ ਕੇ ਉਹਦੇ 'ਤੇ ਮੁੱਦਾ ਚੱਕਿਆ ਗਿਆ। ਸੰਗਤ 'ਤੇ ਸਾਰੀ ਗੱਲ ਲਗਭਗ ਸਾਹਮਣੀ ਆ, ਅਤੇ ਉਸ ਤੋਂ ਬਾਅਦ ਮਾਫ਼ੀ ਵੱਡੀ ਚੀਜ਼ ਹੁੰਦੀ ਆ, ਉਹ ਬੰਦਾ ਮਤਲਬ ਕਹਿਣ 'ਤੇ ਸਾਰਿਆਂ ਦੇ ਅੱਗੇ ਝੁਕਿਆ, ਝੋਲੀ ਅੱਡ ਕੇ ਮਾਫ਼ੀ ਮੰਗੀ, ਬੂਟ ਲਾ ਕੇ ਜਿਵੇਂ ਜਿਵੇਂ ਇਹਨਾਂ ਲੋਕਾਂ ਨੇ ਕਿਹਾ ਉਸ ਤਰ੍ਹਾਂ ਹੀ ਉਹਨੇ ਮਾਫ਼ੀ ਜਿਹੜੀ ਆ ਉਹ ਮੰਗ ਲਈ। ਇੱਦੂ ਹੁਣ ਆਪਾਂ ਕੀ ਝੁਕਾਉਣਾ ਚਾਹੁੰਦੇ ਹਾਂ ਕਿਸੇ ਬੰਦੇ ਨੂੰ, ਉਹਨੇ ਮਾਫ਼ੀ ਵੀ ਮੰਗ ਲਈ, ਅਤੇ ਉਸ ਤੋਂ ਬਾਅਦ ਤੁਹਾਡੀ ਐਡੀ ਈਗੋ ਹਰਟ ਹੋਈ, ਉਹ ਮਾਫ਼ੀ ਮੰਗਣ ਤੋਂ ਬਾਅਦ ਲੋਕਾਂ ਨੇ ਲਾਹਨਤਾਂ ਮਾਰੀਆਂ, ਉਹਨਾਂ ਘੋੜੇ ਵਾਲਿਆਂ ਨੂੰ ਲਾਹਨਤਾਂ ਮਾਰੀਆਂ ਵੀ ਯਾਰ ਤੁਸੀਂ ਬੰਦੇ ਨੂੰ ਇੰਨਾ ਝੁਕਾਉਣਾ ਚਾਹੁੰਦੇ ਸੀਗੇ, ਉਹਦੇ ਤੁਸੀਂ ਉਹਨੂੰ ਦਿਲੀ ਬੰਦੇ 'ਤੇ ਠੇਸ ਪਹੁੰਚਾਈ ਹੈ ਨਾ, ਅਤੇ ਉਸ ਈਗੋ ਹਰਟ ਹੋਣ ਕਰਕੇ ਇਹਨਾਂ ਨੇ ਮੰਨ ਲਓ ਕਿਸੇ ਦੇ ਨਾਂ 'ਤੇ ਝੂਠੀ ਪੋਸਟ ਪਾ ਕੇ, ਗੈਂਗਸਟਰ ਦੇ ਨਾਂ 'ਤੇ ਪੋਸਟ ਪਾ ਕੇ, ਉਸ ਤੋਂ ਬਾਅਦ ਉਹ ਪੋਸਟ ਦੇ ਮੁੱਦੇ ਦੇ ਹਿਸਾਬ ਨਾਲ ਉਹਨੂੰ ਚੰਡੀਗੜ੍ਹ ਸੈੱਲ ਤੋਂ ਚੁਕਾਇਆ, ਮਨਜੀਤ ਸਿੰਘ ਇੰਸਪੈਕਟਰ ਚੱਕ ਕੇ ਲਿਆ, ਉਸ ਤੋਂ ਬਾਅਦ ਉਹਦੇ 'ਤੇ ਝੂਠਾ ਜਿਹੜਾ ਪਰਚਾ ਕੱਲ੍ਹ ਉਹ ਦੇ ਦਿੱਤਾ। ਸੋ ਸਾਰੀ ਸੰਗਤ ਨੂੰ ਬੇਨਤੀ ਆ, ਵੀਰ ਸੱਚਾ ਸੁੱਚਾ ਹੈਗਾ, ਅਸੀਂ ਉਹਦੇ ਪਰਿਵਾਰ ਦੇ ਨਾਲ ਖੜ੍ਹੇ ਹਾਂ, ਅਸੀਂ ਪਰਸੋਂ ਵੀ ਜਿੱਦਣ ਉਹਦੀ ਗ੍ਰਿਫਤਾਰੀ ਹੋਈ ਆ ਘਰ ਗਏ ਸੀਗੇ ਪਰਿਵਾਰ ਨਾਲ, ਅਤੇ ਅੱਜ ਕੱਲ੍ਹ ਵੀ ਪਰਿਵਾਰ ਨਾਲ ਗੱਲ ਹੋਈ, ਅੱਜ ਵੀ ਹੋਈ, ਪਰਿਵਾਰ ਕਹਿੰਦੇ ਵੀ ਫਿਲਹਾਲ ਸਾਡੀ ਜਿਹੜੀ ਆ ਗੱਲ ਚੱਲ ਰਹੀ ਆ, ਪਰ ਅਸੀਂ ਦਲ ਪੰਥ ਵੱਲੋਂ ਸਾਰੀ ਸੰਗਤ ਪਰਿਵਾਰ ਨਾਲ ਹੈ, ਸੱਚ ਦੇ ਨਾਲ ਹੈ। ਘੋੜਿਆਂ ਦੇ ਮਾਲਕ ਇਹ ਨੇ, ਘੋੜਿਆਂ ਦੇ ਮਾਲਕ ਉਹ ਨੇ, ਉਹ ਘੋੜਿਆਂ ਦੇ ਵਪਾਰੀ ਨੇ, ਘੋੜਿਆਂ ਦੀ ਇੰਡਸਟਰੀ ਦੇ ਮਾਲਕ ਹੋ ਸਕਦੇ ਨੇ, ਘੋੜਿਆਂ ਦੇ ਵਪਾਰੀ ਹੋ ਸਕਦੇ ਨੇ, ਘੋੜਿਆਂ ਦੇ ਮਾਲਕ ਇਹ ਨੇ ਜਿਹਨਾਂ ਨੇ ਤੁਹਾਨੂੰ ਘੋੜੇ ਚੜ੍ਹਨ ਲਾਇਆ। ਛੇਵੇਂ ਪਾਤਸ਼ਾਹ ਤੋਂ ਪਹਿਲਾਂ ਘੋੜੇ ਚੜ੍ਹਨ ਵੇਲੇ ਮੁਗਲ ਵਿਚਾਲੋਂ ਪਾੜ ਦਿੰਦੇ ਸੀ ਘੋੜੇ ਦਾ ਨਾਂ ਲੈ ਕੇ ਦਿਖਾਉਂਦਾ, ਕੋਈ ਰਾਜ ਦੇ ਮਾਲਕ, ਗੱਦੀਆਂ ਦੇ ਮਾਲਕ, ਤਖਤਾਂ ਦੇ ਮਾਲਕ, ਪੰਜਵਾਂ ਤਖਤ ਬੁੱਢਾ ਦਲ, 96 ਕਰੋੜੀ ਫੌਜ ਖੜੀ ਹੈ, ਸਾਰੇ ਦਲ ਪੰਥ ਵੱਲੋਂ ਫੌਜ ਦੇ ਨਾਲ ਨੇ, ਵੀਰ ਸੁਖਜਿੰਦਰ ਸਿੰਘ ਲੋਪੋ ਦੇ ਸਾਰਾ ਦਲ ਪੰਥ ਨਾਲ ਹੈ, ਜਿੱਥੇ ਵੀ ਪਰਿਵਾਰ ਸਾਡੀ ਡਿਊਟੀ ਲਾਊਗਾ ਤੇ ਨਾਲ ਅਸੀਂ ਖੜੇ ਹਾਂ, ਜਿੱਥੇ ਵੀ ਪਰਿਵਾਰ ਸਾਡੀ ਡਿਊਟੀ ਜਿਹੜੀ ਆ ਲਾਊਗਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ, ਕਹਿਣਦੇ ਪਰਿਵਾਰ ਦੇ ਚੱਲਾਂਗੇ, ਕਿਉਂਕਿ ਉਹ ਪਰਿਵਾਰ ਬੜਾ ਨਰਮ ਆ, ਉਹਨਾਂ ਨੇ ਸਾਨੂੰ ਬੇਨਤੀ ਕੀਤੀ ਬਾਬਾ ਜੀ ਵੀ ਤੁਸੀਂ ਆਪੇ ਕੁਛ ਵੀ ਨਹੀਂ ਕਰਨਾ, ਵੀ ਅਸੀਂ ਤਾਂ ਮਤਲਬ ਮਸਾਂ ਰੋਟੀ ਸਰਵਾਏ ਹਾਂ ਅਤੇ ਸਾਨੂੰ ਰੋਟੀ ਨਹੀਂ ਖਾਣ ਦਿੰਦੇ, ਬਹੁਤ ਸ਼ਰੀਫ ਪਰਿਵਾਰ ਆ। ਉਹ ਛੋਟੇ ਭਰਾ ਨਾਲ ਵੀਰ ਨਾਲ ਗੱਲ ਹੋਈ ਆ, ਕਹਿੰਦੇ ਵੀ ਜਿੱਥੇ ਸਾਨੂੰ ਲੋੜ ਹੋਊ ਅਸੀਂ ਤੁਹਾਨੂੰ ਬੇਨਤੀ ਕਰਾਂਗੇ, ਅਸੀਂ ਵੀ ਯਕੀਨ ਦਿਵਾਉਣਾ ਅਸੀਂ ਹਾਜ਼ਰ ਹਾਂ, ਮੁੱਢਾ ਨਾਲ ਮੁੱਢਾ ਲਾ ਕੇ ਸਾਰਾ ਦਲ ਪੰਥ ਕਰੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਉੱਥੇ ਮੌਕੇ ਦਾ ਅਫਸਰ ਆ ਜਿਹਨੇ ਕੇਸ ਦਰਜ ਕੀਤਾ ਜਾਂ ਉੱਥੋਂ ਦਾ ਸੀਨੀਅਰ ਅਫਸਰ ਜਿਹੜੀ ਬੈਠੇ ਆ, ਉਹਨਾਂ ਹੁਣੇ ਉਹਦੀ ਇਨਕੁਆਇਰੀ ਕਰਕੇ ਉਹਦਾ ਸਹੀ ਉਹਨੂੰ ਇਨਸਾਫ਼ ਦਿੱਤਾ, ਉਹਨੂੰ ਛੱਡਿਆ ਜਾਵੇ। ਨਹੀਂ ਉਹ ਸਾਰੇ ਅੰਦਰ ਹੋਣਗੇ ਜਿਹਨਾਂ ਨੇ ਸਾਰੇ, ਕੋਈ ਕਾਨੂੰਨ ਆ ਇੱਥੇ, ਇਹ ਜਿਹੜਾ ਹਿੰਦੁਸਤਾਨ ਦਾ ਵਿਧਾਨ ਸੰਵਿਧਾਨ ਨਾ, ਕਾਨੂੰਨ ਆ ਜਿਹੜਾ ਬਹੁਤ ਸਾਫ਼ ਸੁਥਰਾ, ਕਿ ਪਰ ਕੁਝ ਕੁੱਤੀ ਦੇ ਪੁੱਤ ਗੰਦਾ ਕਰਦੇ ਆ, ਜਿਹਨਾਂ ਨੇ ਉਹ ਗੰਦਾ ਕੀਤਾ ਨਾ ਉਹਨਾਂ ਨੂੰ ਦੋਸ਼, ਹੁਣ ਜੇ ਛੱਡ ਜਾਣਗੇ ਚੰਗੇ ਰਹਿਣਗੇ ਉਹਨਾਂ ਹੋ ਜਾਊਗਾ ਨਹੀਂ। ਤਾਂ ਦੋਸਤੋ ਸੁਣਿਆ ਕੀ ਬੋਲੇ ਨਿਹੰਗ ਸਿੰਘ ਸੁਖਜਿੰਦਰ ਲੋਪੋ ਬਾਰੇ? ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਨੂੰ ਪਤਾ ਚੱਲ ਜਾਵੇ ਕਿ ਸੁਖਜਿੰਦਰ ਲੋਪੋ ਦੇ ਨਾਲ ਵੱਖ ਵੱਖ ਜਥੇਬੰਦੀਆਂ ਨਿਹੰਗ ਸਿੰਘ ਵੀ ਡਟ ਕੇ ਛਾਤੀ ਠੋਕ ਕੇ ਨਾਲ ਖੜ ਗਏ ਨੇ। ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ, ਰੱਬ ਰੱਖਾ।